ਅਸੀਂ ਮੌਜੂਦ ਹੈ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਦੇ ਹਲਕਾ ਬੰਗਾ ਦੇ ਪਿੰਡ ਭੂਤਾ 'ਚ। ਅਸੀਂ ਦੱਸ ਦਈਏ ਕਿ 19 ਮਈ ਨੂੰ ਜਿਹੜਾ ਚੋਣ ਹੋਣੇ ਉਹਨਾਂ ਦੇ ਵਾਸਤੇ ਸਾਰੇ ਲੋਕ ਪੂਰੀ ਤਿਆਰ ਨੇ ਔਰ ਸਾਡੇ ਪਿੱਛੇ ਨੌਜਵਾਨ ਮੌਜੂਦ ਨੇ, ਪਿੰਡ ਦੇ ਲੋਕ ਮੌਜੂਦ ਨੇ ਜਿਹੜੇ ਕਿ ਆਪਣੇ ਬਹੁਮੁੱਲ ਵੋਟਾਂ ਪਾ ਕੇ ਇਸ ਏਰੀਏ ਦੇ ਮੈਂਬਰ ਪਾਰਲੀਮੈਂਟ ਚੁਣਿਆ, ਉਹਨਾਂ ਨੇ ਫਿਰ ਅੱਗੇ ਦੇਸ਼ ਦੇ ਪ੍ਰਧਾਨ ਮੰਤਰੀ ਚੁਣੇ। ਪਿੰਡ ਦੇ ਵਿਕਾਸ ਕਿਤਨੇ ਕੁ ਹੋਇਆ 5 ਸਾਲ 'ਚ ਆਪਾਂ ਉਹਨੂੰ ਪੂਰੇ ਚਾਹੁੰਦੇ। ਸਾਡੇ ਕੋਲ ਇੱਕ ਨੇ ਆਪਾਂ ਉਹਨੂੰ ਪੁੱਛਦੇ ਕਿ ਆਪਾਂ ਨਾਮ ਕੀ ਹੈ ਜੀ? ਹਾਂ, ਗੁਰਵੀਰ ਸਿੰਘ ਜੀ। ਅੱਛਾ, ਕਿਹ ਪਿੰਡ ਦੇ ਹੋ? ਭੂਤਾ ਪਿੰਡ ਤੋਂ ਜੀ। ਅੱਛਾ, ਜਿਹੜਾ 5 ਸਾਲ ਆਪਣੇ ਜੇ ਚੰਦੂ ਮਾਜਰਾ ਜੀ ਰਹੇ ਇਸ ਏਰੀਏ ਦੇ ਮੈਂਬਰ ਪਾਰਲੀਮੈਂਟ, ਉਹਨਾਂ ਨੇ ਕਿੰਨਾ ਕੁ ਵਿਕਾਸ ਕੀਤਾ ਆਪਣੇ ਏਰੀਆ 'ਚ? ਚਾਰ ਆਪਣੇ ਪਿੰਡ 'ਚ ਕਿੰਨੇ ਕੁ ਵਾਰ ਆਇਆ ਉਹਨਾਂ ਨੇ? ਆਪਣੇ ਪਿੰਡ 3 ਵਾਰ ਆ ਗਏ ਜੀ ਉਹ। ਅੱਛਾ ਜੀ, ਬਹੁਤ ਵਿਕਾਸ ਕੀਤਾ ਜੀ ਉਹਨਾਂ ਨੇ। ਕੀ ਵਿਕਾਸ ਹੋਇਆ ਦੱਸੋ ਮਾੜਾ ਜਿਹਾ? ਕੋਈ ਸੜਕ ਦਾ, ਨਾਲੀ ਦਾ, ਗਲੀ ਦਾ, ਪਾਣੀ ਦਾ, ਸਟਰੀਟ ਲਾਈਟ ਦਾ? ਆਪਣੇ ਲਾਈਟਾਂ ਵੀ ਦਿੱਤੀਆਂ ਜੀ ਸਰਪੰਚ ਸਾਹਿਬ ਨੂੰ, 30-35 ਲਾਈਟਾਂ ਆਈਆਂ ਜੀ ਆਪਣੇ ਵਿੱਚ ਮੋੜਾਂ 'ਤੇ ਲੱਗੀਆਂ ਜਿਹੜੀਆਂ। ਉਹ ਤੋਂ ਬਾਅਦ ਵਿੱਚ ਉਹਨਾਂ ਨੇ ਗਰਾਂਟਾਂ ਵੀ ਦਿੱਤੀਆਂ ਜੀ, ਗਲੀਆਂ ਨਾਲੀਆਂ ਦਾ ਵੀ ਕਾਫੀ ਵਿਕਾਸ ਹੋਇਆ, ਇੰਟਰਲੋਕ ਵੀ ਲੱਗੇ ਜੀ ਅਕਾਲੀ ਸਰਕਾਰ ਵੇਲੇ ਲੱਗੇ ਆ। ਜਿਹੜਾ ਹੁਣ 5 ਸਾਲ ਸਰਕਾਰ ਆਈ ਚੰਦੂਮਾਜਰਾ, ਉਹ ਪੁੱਛ ਰਿਹਾ ਮੈਂ। ਚੰਦੂਮਾਜਰਾ ਸਾਹਿਬ ਨੇ ਤਾਂ ਸਾਨੂੰ ਜੀ ਸਪੋਰਟਸ ਕਲੱਬ ਨੂੰ 1 ਲੱਖ ਰੁਪਈਆ ਦਿੱਤਾ ਸੀਗਾ ਮੁੰਡਿਆਂ ਨੂੰ ਖੇਡਾਂ ਦਾ, ਅਤੇ ਬਾਕੀ ਆ ਲਾਈਟਾਂ ਦਿੱਤੀਆਂ, ਅਤੇ 2 ਲੱਖ ਰੁਪਏ ਦੀ ਗਰਾਂਟ ਆਈ ਸਾਡੇ ਪਿੰਡ ਜੀ। ਵਧੀਆ ਕੰਮ ਸਾਡੇ ਪਿੰਡ ਕੀਤੇ ਜੀ। ਜਿਹੜੇ ਦੇਸ਼ ਕੇ ਜਿਹੜੇ ਪ੍ਰਧਾਨ ਮੰਤਰੀ, ਉਹਨਾਂ ਨੇ 15 ਲੱਖ ਦਾ ਵਾਅਦਾ ਕੀਤਾ ਸੀ ਆਪਣੇ ਹਰ ਮੁਲਾਜ਼ਮ, ਹਰ ਬੰਦੇ ਨੂੰ ਦੇਣ ਵਾਸਤੇ, ਹਰ ਘਰ ਨੂੰ 15 ਲੱਖ ਦੇਣ ਵਾਸਤੇ। ਕਿਆ ਉਹ 15 ਲੱਖ ਮਿਲਿਆ ਆਪਾਂ ਕਿਸੇ ਨੂੰ? ਪ੍ਰਧਾਨ ਮੰਤਰੀ ਜੀ ਨੇ ਨਹੀਂ ਮਿਲਿਆ, ਉਹਦਾ ਤਾਂ ਪਤਾ ਨਹੀਂ। 2000 ਰੁਪਈਆ ਸਾਡੀ ਕਾਪੀ 'ਤੇ ਆ ਗਿਆ ਸੀਗਾ ਜਿਹੜਾ ਜੀ। ਇਹ ਕਦ ਆਇਆ ਜੀ? ਹਾਂਜੀ, ਇਹ ਹੁਣ ਹੋ ਗਿਆ ਜੀ ਮਹੀਨਾ। ਬਜ਼ੁਰਗ ਆਪਣਾ ਨਾਮ ਕੀ ਹੈ? ਮੇਰਾ ਨਾਮ ਜੋਗਾ ਰਾਮ ਹੈ। ਕੀ ਕੰਮ ਕਰਦੇ ਤੁਸੀਂ? ਮੈਂ ਜੀ ਜ਼ਿਆਦਾ ਕਰਕੇ ਤਾਂ ਹੁਣ ਤਾਂ ਮੇਰੀ ਉਮਰ 60-65 ਸਾਲ ਹੋ ਗਈ ਆ, ਨਰੇਗਾ ਦੇ ਵਿੱਚ ਹੀ ਕੰਮ ਕਰਦੇ ਹਾਂ। ਤਾਂ ਜਿਹੜੇ 5 ਸਾਲ ਲਗਾਤਾਰ ਇਸ ਖੇਤਰ ਦੇ ਆਪਣੇ ਸਾਂਸਦ ਰਹੇ ਮੈਂਬਰ ਪਾਰਲੀਮੈਂਟ, ਉਹਨਾਂ ਨੇ ਕਿੰਨਾ ਕੁ ਵਿਕਾਸ ਕੀਤਾ ਤੁਹਾਡੇ ਏਰੀਏ 'ਚ? ਕੰਮ ਤਾਂ ਜੀ ਬਹੁਤ ਕੀਤੇ ਆ ਏਰੀਏ ਦੇ ਛੱਡ ਕੇ ਜੀ। ਉਹਨੇ ਤਾਂ ਪੁਲ ਬਹੁਤ ਬੜਾ ਜਿਹੜੇ ਲਿਆਂਦਾ, ਆਨੰਦ ਇੱਥੇ ਬਣਦਾ ਬਾਈ ਓਵਰ ਫਲਾਈ, ਇਹ ਵੀ ਕੀਤਾ। ਇੱਕ ਨੀਂਹ ਪੱਥਰ ਰੱਖਿਆ ਆ ਦੂਏ ਤੋਂ ਆਪਣੇ ਗੜ ਸ਼ੰਕਰ ਤੋਂ ਨੈਣਾ ਦੇਵੀ ਤੱਕ, ਕੰਮ ਬਹੁਤ ਕੀਤੇ ਜੀ ਇਹਨੇ। ਵਿਕਾਸ ਕਿੱਦਾਂ ਕੀਤਾ ਇਸ ਥੋੜ੍ਹੇ ਏਰੀਏ 'ਚ? ਵਿਕਾਸ ਬਹੁਤ ਕੀਤਾ ਜੀ। ਅੱਛਾ, ਕੀ ਵਿਕਾਸ ਕੀਤਾ ਦੱਸੋ ਮਾੜਾ ਗਿਣਾਓ ਮਾੜਾ ਜਿਹਾ। ਵਿਕਾਸ ਇੱਕ ਤਾਂ ਜੀ ਜਦੋਂ ਇੱਥੋਂ ਆਏ ਆ ਜਿੰਮ ਲਈ ਦਿੱਤੇ ਆ ਪੈਸੇ ਬੱਚਿਆਂ ਨੂੰ ਖੇਡਣ ਲਈ, ਫਿਰ ਹੋਰ ਗਲੀਆਂ ਨਾਲੀਆਂ ਨੇ ਬਹੁਤ ਪੈਸੇ ਦਿੱਤੇ ਆ, ਅਤੇ ਉਹ ਛੋਟੇ ਛੋਟੇ ਨੇ ਕੰਮ ਨਹੀਂ ਕਰਦੇ, ਉਹ ਬੜੇ ਬੜੇ ਕੰਮ ਕਰਦੇ। ਤਾਂ MLAਆਂ ਦੇ ਕੰਮ ਆ ਜਿਹੜੇ ਛੋਟੇ ਛੋਟੇ ਕੰਮ ਕਰਨੇ ਆ, ਇਹ ਤਾਂ ਬੜੇ ਬੜੇ ਵਿਕਾਸ ਮਿਲ ਕੇ ਕਰਦੇ ਆ ਇਹ। ਚਲੋ, ਤੁਸੀਂ ਦੇਖ ਲਓ ਲੋਕ ਕਹਿੰਦੇ ਕਿ ਵਿਕਾਸ ਬਹੁਤ ਕੀਤਾ ਚੰਦੂ ਮਾਜਰਾ ਜੀ ਨੇ, ਤੋ ਆਪਾਂ ਨੌਜਵਾਨ ਦੀਪਾ ਜੀ ਨਾਲ ਪਾਉਣਾ ਵਧੀਆ। ਦੀਪਾ ਜੀ, ਤੁਸੀਂ ਦੱਸੋ ਕਿ ਕਿੱਥੇ ਕੁ ਤੁਹਾਡੇ ਏਰੀਏ 'ਚ ਵਿਕਾਸ ਹੋਇਆ ਇਸ ਏਰੀਏ 'ਚ? ਆਪਣੇ ਏਰੀਏ 'ਚ ਬਹੁਤ ਵਧੀਆ ਵਿਕਾਸ ਹੋ ਰਿਹਾ ਹੈ ਤੁਹਾਡੇ ਪਿੰਡ 'ਚ? ਹਾਂਜੀ, ਪਿੰਡ ਦੇ ਵਿੱਚ। ਹਾਂਜੀ, ਜਾਣ ਕੇ ਜਿੱਦਾਂ ਗੁਰਮੀਤ ਭਾਅ ਜੀ ਨੇ ਦੱਸਿਆ ਕਿ ਆਪਣੇ ਲਾਈਟਾਂ ਦਾ ਕੀਤਾ ਕੰਮ ਆਪਣੇ ਪਿੰਡ ਵਾਸਤੇ ਸਾਡੇ, ਅਤੇ ਕਲੱਬ ਵਾਸਤੇ ਵੀ ਦਿੱਤਾ, ਬੱਚਿਆਂ ਵਾਸਤੇ ਵੀ ਕੀਤਾ ਆਪਣੇ। ਹਾਂਜੀ ਹਾਂਜੀ, ਹੋਰ ਵੀ ਆਪਣੇ ਕੰਮ ਬਹੁਤ ਕੀਤੇ ਆ ਜੀ ਪਿੰਡ ਦੇ ਵਿੱਚ। ਹੁਣ ਮੈਂ ਜਦ ਪਿੰਡ ਭਰਿਆ, ਪਿੰਡ ਦੇਖੇ ਸੀਗਾ ਵਿਕਾਸ ਨਾਮ ਦੀ ਕੋਈ ਚੀਜ਼ ਨਹੀਂ, ਸੜਕ ਟੁੱਟੀ ਪਈ ਹੈ ਸਾਰੇ ਕੁਝ। ਉਹ ਤੋਂ ਸਰ ਬਣ ਰਹੀ ਹੈ ਸੜਕ, ਉਹ ਤਿਆਰ ਹੋ ਰਹੀ ਹੈ ਸਾਈਡ ਤੋਂ, ਸੜਕ ਨਵੀਂ ਬਣ ਰਹੀ ਹੈ, ਸੜਕ ਬਣ ਰਹੀ ਹੈ, ਬਣ ਰਹੀ ਹੈ ਨਵੀਂ। ਇਹ ਕੰਮ ਮੰਡੀ ਬੋਰਡ ਦਾ ਨਾ, ਇਹ ਚੰਦੂ ਮਾਜਰਾ ਦਾ ਕੰਮ ਤਾਂ ਨਹੀਂ, ਇਹ ਕੰਮ ਮੰਡੀ ਬੋਰਡ ਦਾ, ਮੰਡੀ ਬੋਰਡ ਦਾ ਜੀ। ਇਹ ਕੰਮ ਮੰਡੀ ਬੋਰਡ ਦਾ, ਇਹ ਚਿਹਰੇ, ਇਹ ਉਹਨਾਂ ਦਾ ਕੰਮ ਨਹੀਂ ਹੈ, ਸੰਸਦ ਬੋਰਡ ਦਾ ਕੰਮ ਨਹੀਂ ਹੈ। ਨੌਕਰੀ ਵਾਸਤੇ ਜਿਹੜੇ ਲੋਕ ਬੇਰੁਜ਼ਗਾਰ ਨੇ, ਉਹਨਾਂ ਦੇ ਵਾਸਤੇ ਕੋਈ ਹੋਇਆ ਨਵਾਂ ਸਰ ਮੇਂ ਜ਼ਿਲ੍ਹੇ ਨੂੰ ਉਪਰਾਲਾ, ਕੋਈ ਫੈਕਟਰੀ ਲੱਗੀ ਹੈ? ਫੈਕਟਰੀ ਤਾਂ ਨਹੀਂ ਲੱਗੀ ਇੱਥੇ, ਨਹੀਂ ਲੱਗੀ। ਹਾਂਜੀ ਹਾਂਜੀ, ਅਤੇ ਵਿਕਾਸ ਹੋਇਆ ਤਾਂ ਫਿਰ ਤੁਸੀਂ ਕਿਵੇਂ ਕਰੋ? ਵਿਕਾਸ ਬਹੁਤ ਜ਼ਿਆਦਾ ਹੋਇਆ ਨਹੀਂ ਉੱਦਾਂ ਪਿੰਡ ਦੇ ਵਾਸਤੇ? ਜੇ ਮੇਰੇ ਬੇਰੁਜ਼ਗਾਰ ਲੜਕੇ ਨੇ, ਜੇ ਵਾਅਦਾ ਕੀਤਾ ਸੀ ਨੌਕਰੀ ਦੇਵਾਂਗੇ, 2 ਕਰੋੜ ਨੌਕਰੀ ਹਰ ਸਾਲ ਦੇਵਾਂਗੇ ਨਰਿੰਦਰ ਮੋਦੀ ਨੇ ਵਾਅਦਾ ਕੀਤਾ ਸੀ, ਇੱਕ ਵੀ ਕਿਤੇ ਵੀ ਨੌਕਰੀ ਮਿਲਿਆ ਹੈ? ਪਿੰਡ ਦੇ ਵਿੱਚ ਹੈਗੇ ਆਪਣੇ ਦੋ ਚਾਰ ਬੰਦੇ ਜਿਹੜੀ ਸਕੀਮ ਜਿਹਨਾਂ ਮਿਲੀ ਆ ਨੌਕਰੀ, ਮਿਲੀ ਹਾਂਜੀ, ਸਰਕਾਰੀ ਜੋਬ ਮਿਲੀ, ਸਰਕਾਰੀ ਜੋਬ ਮਿਲੀ। ਤੁਸੀਂ ਦੇਖ, ਲੋਕ ਕਹਿੰਦੇ ਕਿ ਸਰਕਾਰੀ ਜੋਬ ਮਿਲੀ ਹੈ, ਕਈ ਬੰਦੇ ਨੂੰ ਨੌਕਰੀ ਸਰਕਾਰੀ ਜੋਬ ਮਿਲੀ ਹੈ। ਆਪਾਂ ਪੁੱਛ ਲਈਏ ਕਿ ਹਾਂਜੀ ਆਪਣਾ ਨਾਮ ਕੀ ਹੈ? ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਆਪਣਾ ਨਾਮ ਕੀ? ਨਰੋਜ ਕੁਮਾਰ। ਕੀ ਕੰਮ ਕਰਦੇ ਸੀ? ਲੇਬਰ। ਅੱਛਾ, ਕਿੰਨਾ ਕੁ ਵਿਕਾਸ ਹੋਇਆ ਤੁਹਾਡੇ ਏਰੀਏ 'ਚ? ਮੈਂ ਤਾਂ ਬਾਹਰ ਹੀ ਰਹਿੰਦਾ ਜ਼ਿਆਦਾ, ਦੁਬਈ ਸੀਗਾ। ਅੱਛਾ, ਅਤੇ ਵਿਕਾਸ ਆਈ ਥਿੰਕ ਨੋ,
ਕੋਈ ਵਿਕਾਸ ਨਹੀਂ ਨਹੀਂ ਤੁਹਾਡੇ ਪਿੰਡ 'ਚ ਕਿੰਨਾ ਕੁ ਤੁਸੀਂ ਰਹਿੰਦੇ ਹੋ ਪਿੰਡ 'ਚ ਕਿੰਨਾ ਕੁ ਵਿਕਾਸ ਹੋਇਆ ਕੋਈ ਸੜਕ ਦਾ ਨਾਲੀ ਦਾ ਇਸੇ ਲੋਕਾਂ ਦਾ ਬੁਨਿਆਦੀ ਸੁਵਿਧਾ ਨਹੀਂ ਹੈ ਨਹੀਂ 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 ਹੈ ਨਹੀਂ ਬਿਲਕੁਲ ਹੈ ਨਹੀਂ ਹੈ ਨਹੀਂ ਜਦ ਲੋਕ ਕਹਿੰਦੇ ਪਏ ਕਿ ਬਹੁਤ ਵਿਕਾਸ ਹੋਇਆ ਹੈ ਉਹ ਤੁਸੀਂ ਕੀ ਕਹਿਣਾ ਚਾਹੁੰਦੇ ਇਸ ਬਾਰੇ ਮੈਂ ਕਹਿੰਦਾ ਬਿਲਕੁਲ ਨਹੀਂ ਹੈ ਕੁਛ ਵੀ ਨਹੀਂ ਹੈ ਜਿਹੜੇ ਆਹ ਨੌਜਵਾਨ ਇੱਕ ਨਸ਼ੇ ਪੱਤੇ ਵੱਲ ਜ਼ਿਆਦਾ ਜਾ ਰਹੇ ਹੈ ਨੌਜਵਾਨ ਨੌਕਰੀ ਨਹੀਂ ਹੈ ਉਹ ਸਾਰੇ 10 ਪੜ੍ਹ ਕੇ ਪਲੱਸ 2 ਪੜ੍ਹ ਕੇ ਐਲਐਲਐਸ ਕੇ ਬਾਹਰ ਜਾਂਦੇ ਨੇ ਹਾਂਜੀ ਇਹ ਕਿਆ ਇਹ ਸਹੀ ਹੈ ਬਾਹਰ ਹੀ ਜਾਣਾ ਜਦ ਇੱਥੇ ਕੋਈ ਹੈ ਹੀ ਨਹੀਂ ਫੈਸਿਲਿਟੀ ਹੈ ਨਹੀਂ ਗੀ ਗੌਰਮੈਂਟ ਬਿਲਕੁਲ ਨੇ ਲਿਆ ਕੀ ਕਰਨਾ ਚਾਹੀਦਾ ਗੌਰਮੈਂਟ ਨੂੰ ਕੋਈ ਰਾਏ ਤੁਸੀਂ ਦੇ ਸਕਦੇ ਹੋ ਕੀ ਕਰਨਾ ਚਾਹੀਦਾ ਗੌਰਮੈਂਟ ਨੂੰ ਅਸੀਂ ਕੀ ਰਾਏ ਦੇ ਸਕਦੇ ਹਾਂ ਕੁਛ ਨਹੀਂ ਦੇ ਸਕਦੇ ਇਹ ਤਾਂ ਗੌਰਮੈਂਟ ਨੂੰ ਸੋਚਣਾ ਚਾਹੀਦਾ ਤੁਸੀਂ ਕਿਸ ਤਰ੍ਹਾਂ ਉਮੀਦਵਾਰ ਤੁਸੀਂ ਚੁਣ ਰਹੇ ਹੋ ਉਸ ਵਾਰ ਜਦ ਨੌਕਰੀ ਲੋਕ ਨੌਜਵਾਨ ਨੌਕਰੀ ਨਹੀਂ ਹੈ ਹੈ ਅਤੇ ਲੋਕ ਬਾਹਰ ਜਾ ਰਹੇ ਨੇ ਨਸ਼ੇ ਪੱਤੇ ਬਹੁਤ ਜ਼ਿਆਦਾ ਹੈ ਤਾਂ ਤੁਸੀਂ ਕਿਸ ਤਰ੍ਹਾਂ ਤੁਸੀਂ ਉਮੀਦਵਾਰ ਚੁਣ ਰਹੇ ਹੋ ਉਸ ਵਾਰ ਉਮੀਦਵਾਰ ਦੇਖੋ ਪਾਰਟੀ 2 ਆ ਸਿਰਫ ਬੀਜੇਪੀ ਔਰ ਕਾਂਗਰਸ ਠੀਕ ਹੈ ਨਾ ਦੋਨੇ ਹੀ ਬੇਕਾਰ ਹੀ ਆ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੇ ਤੀਜੀ ਬਦਲਾਅ ਆਉਣਾ ਚਾਹੀਦਾ ਬਿਲਕੁਲ ਤੀਜੀ ਬਦਲਾਉ ਆਉਣਾ ਚਾਹੀਦਾ ਹਾਂ ਆਉਣਾ ਚਾਹੀਦਾ ਜੀ ਬਿਲਕੁਲ ਦੇਖੋ ਜੀ ਲੋਕ ਕਹਿੰਦੇ ਨੇ ਕਿ ਚਾਹੇ ਸਰਕਾਰ 'ਚ ਅਕਾਲੀ ਦੋਵੇ ਕਾਂਗਰਸ ਹੋਵੇ ਬੀਜੇਪੀ ਹੋਵੇ ਬਦਲਾਅ ਬਹੁਤ ਜ਼ਰੂਰੀ ਹੈ ਕਿਉਂਕਿ ਕੰਮ ਕੋਈ ਨਹੀਂ ਕਰਦੇ ਜਿਹੜੇ ਲੋਕ ਨੇ ਰੁਜ਼ਗਾਰ ਨਹੀਂ ਮਿਲ ਰਿਹਾ ਉਹ ਸਾਰੇ ਆਪਾਂ ਸੱਚ ਬੋਲੇ ਹਾਂ ਆਪਾਂ ਕੁਛ ਨਹੀਂ ਕਹਿਣਾ ਚਾਹੁੰਦੇ ਕੋਈ ਆਪਣੇ 'ਤੇ ਕੋਈ ਕਿਸੇ ਦਾ ਪ੍ਰੈਸ਼ਰ ਨਹੀਂ ਹੈਗਾ ਠੀਕ ਹੈ ਠੀਕ ਹੈ ਨਾ ਨੇ ਲਿਆ ਇੰਡੀਆ 0 ਹੋ ਗਿਆ ਬਿਲਕੁਲ ਦੇਖੋ ਇੱਦਾਂ ਹੀ ਅੱਗੇ ਹੋ ਗਿਆ ਨਾ ਇਹ ਹੋਰ ਹੋ ਜਾਣਾ ਜੀਰੋ ਦੇਖੋ ਜੀ ਲੋਕ ਕਹਿੰਦੇ ਕਿ ਬਾਕੀ ਆਪਣੇ ਇੰਡੀਆ ਨੀਲ ਹੋ ਚੁੱਕਾ ਜੀਰੋ ਚੁੱਕਾ ਅਗਰ ਇਹ ਹਾਲ ਰਿਹਾ ਤਾਂ ਆਉਣ ਵਾਲੇ ਦਿਨੇ ਮੇ ਬਹੁਤ ਬੁਰਾ ਹਾਲ ਹੋਏਗਾ ਹੁਣ ਤੁਸੀਂ ਦੱਸੋ ਕਿ ਆਪਣਾ ਨਾਮ ਕੀ ਹੈ ਮੈਨੂੰ ਨਾਰਾਜ਼ ਦੇਣਾ ਜੀ ਕੀ ਕੰਮ ਕਰਦੇ ਤੁਸੀਂ ਅਸੀਂ ਕੰਮ ਪਸ਼ੂ ਪਾਲਣ ਦਾ ਕਰਦੇ ਹਾਂ ਜੀ ਤਾਂ ਤੁਸੀਂ ਕਿੱਦਾਂ ਚਾਹੁੰਦੇ ਹੋ ਕਿ ਆਪਣੇ ਦੇਸ਼ ਦੇ ਜਿਹੜੇ ਹਾਲਾਤ ਹੈ ਜੇ 19 ਮਈ ਨੂੰ ਚੋਣ ਹੋਣੀ ਹੈ ਤਾਂ ਤੁਸੀਂ ਕਿਸ ਤੱਕ ਉਮੀਦਵਾਰ ਤੁਸੀਂ ਚੁਣਦੇ ਹੋ ਪਸੰਦ ਕਰਦੇ ਹੋ ਅਸੀਂ ਜੋ ਵੀ ਕਹਿੰਦੇ ਵੀ ਜਿਹੜਾ ਨਵਾਂ ਰਾਜਾ ਆਵੇ ਸਾਡੇ ਮੁਲਕ ਦਾ ਸੁਧਾਰ ਕਰੇ ਸਾਡੇ ਪੰਜਾਬ ਨੂੰ ਅੱਛਾ ਬਣਾਵੇ ਅਤੇ ਜਿਹੜੇ ਨਸ਼ਿਆਂ ਤੋਂ ਲੋਕ ਸਾਡੇ ਨਸ਼ਿਆਂ ਨੂੰ ਚਲ ਗਏ ਆ ਉਹ ਨਸ਼ਿਆਂ ਤੋਂ ਬਚਣ ਸਾਡੇ ਸਾਰੇ ਸਰਕਾਰਾਂ ਨੂੰ ਇਹ ਬੇਨਤੀ ਆ ਵੀ ਜਿੰਨੇ ਵੀ ਗਾਂਹ ਸਰਕਾਰ ਜਿਹੜੀ ਵੀ ਆਵੇ ਵਧੀਆ ਆਵੇ ਸਾਡਾ ਸਭ ਨੂੰ ਨਮਸਕਾਰ ਆ ਸਪੋਰਟ ਕਰਦੇ ਹਾਂ ਜੀ ਸਰਕਾਰਾਂ ਦੀ ਅਤੇ ਨਗਰ ਦਾ ਵਧੀਆ ਵਿਕਾਸ ਹੋਵੇ ਆਉਣ ਵਾਲੇ ਸਮੇਂ 'ਚ ਅੱਛਾ ਹੋਣਾ ਚਾਹੀਦਾ ਜਿਹੜੇ ਸਰਕਾਰ ਨੇ ਇੱਕ 15 ਲੱਖ ਵਾਅਦਾ ਕੀਤਾ ਸੀ ਇੱਕ ਨੋਟਬੰਦੀ ਕਰਤਾ ਉਹਨਾਂ ਦਾ ਹਾਲਾਤ ਦੇਸ਼ ਦਾ ਕੀ ਹੋਇਆ ਉਹ ਦੇਸ਼ ਦੇ ਉੱਤੇ ਬਹੁਤ ਭਾਰੀ ਪਈ ਉਸ ਵੇਲੇ ਇੱਕ ਰਾਜ 'ਚ ਮੁਰਖ ਸਾਡਾ ਅਮੀਰ ਜਿਹੜਾ ਸੀਗਾ ਗਰੀਬ ਹੋ ਗਿਆ ਅੱਛਾ ਨਹੀਂ ਹੋਇਆ ਉਹਦੇ ਵਿੱਚ ਬਹੁਤ ਜ਼ਿਆਦਾ ਬਦਲਾਅ ਆਉਣਾ ਚਾਹਿਆ ਪਰ ਨਹੀਂ ਆਇਆ ਬਦਲਾਅ ਬਹੁਤ ਲੋਕਾਂ ਦੇ ਉੱਤੇ ਭਾਰੀ ਉਹ ਬੋਝ ਪਿਆ ਇੱਕ ਰਾਤ ਦੇ ਵਿੱਚ ਹੀ ਅੰਤਰਗਤੀ ਮੁਲਕ ਜਿਹੜਾ ਗਰੀਬ ਹੋ ਗਿਆ ਅਤੇ ਅਸੀਂ ਇਹ ਚਾਹੁੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੁਣ ਵੀ ਰਾਜਾ ਨਵਾਂ ਬਣੇ ਵਧੀਆ ਬਣੇ ਵਧੀਆ ਬਣੇ ਜੇ ਲੋਕ ਜਿਹੜੇ ਬੇਰੁਜ਼ਗਾਰ ਲੜਕੇ ਨੇ ਉਹਨਾਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਅੱਛਾ ਹੋਣਾ ਚਾਹੀਦਾ ਅੱਛਾ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਹੋਣਾ ਚਾਹੀਦਾ ਹਰ ਇੱਕ ਦਾ ਹੀ ਸੁਣਵਾਈ ਹੋਣੀ ਚਾਹੀਦੀ ਆ ਅਤੇ ਬਹੁਤਾ ਸਾਨੂੰ ਨਹੀਂ ਕੁਛ ਵੀ ਕਹਿ ਸਕਦੇ ਅਸੀਂ ਅਤੇ ਸਰਕਾਰਾਂ ਨੂੰ ਸਾਡਾ ਨਮਸਕਾਰ ਆ ਮਹਿੰਗਾਈ ਕਿਤਨੀ ਵੱਧ ਗਈ ਅਤੇ ਮਹਿੰਗਾਈ ਬਹੁਤ ਜ਼ਿਆਦਾ ਵੱਧ ਚੁੱਕੀ ਆ ਗਰੀਬ ਪ੍ਰਸ਼ਾਦਾ ਖਾਣ ਤੋਂ ਵੀ ਤੰਗ ਹੋ ਚੁੱਕਿਆ ਕਿਸਾਨੀ ਤੇ ਜਿਹੜੇ ਆਪਣੇ ਜਿਹੜੇ ਕਿਸਾਨ ਨੇ ਆਪਣੇ ਖੇਤਰ ਮੇ ਉਹ ਕਿਸਾਨ ਨੇ ਉਹਨਾਂ ਦੇ ਕਰਜ਼ ਇਤਨਾ ਵੱਧ ਚੁੱਕਿਆ ਕਿ ਉਹ ਲੋਕ ਆਤਮਹੱਤਿਆ ਕਰਨ ਮਜਬੂਰ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਵੀ ਮਾਫ਼ ਹੋਣੇ ਚਾਹੀਦੇ ਜਿਹੜੇ ਕਰਜ਼ੇ ਆ ਗਰੀਬਾਂ ਦੇ ਵੀ ਮਾਫ਼ ਹੋਣੇ ਚਾਹੀਦੇ ਆ ਕਿਸਾਨਾਂ ਦੇ ਵੀ ਮਾਫ਼ ਹੋਣ ਜਿਹੜੇ ਗਰੀਬ ਜਨਤਾ ਆ ਉਹਨਾਂ ਦੇ ਵੀ ਪੈਸਾ ਉਹ ਮਾਫ਼ ਹੋਣਾ ਚਾਹੀਦਾ ਗਰੀਬ ਜਨਤਾ ਸਾਡੇ ਬਹੁਤ ਦੁਖੀ ਆ ਘਰਾਂ 'ਚ ਜਿਹੜੇ ਬੇਰੁਜ਼ਗਾਰ ਜਿਹਨਾਂ ਕੋਲ ਕੰਮ ਹੀ ਹੈ ਨਹੀਂਗਾ ਇੱਕ ਮਾਲਾ ਵੀ ਨਹੀਂ ਜਿਹਨਾਂ ਕੋਲ ਜ਼ਮੀਨ ਦਾ ਹੈਗਾ ਉਹ ਵੀ ਗਰੀਬ ਤਬਕਾ ਬਹੁਤ ਆ ਉਹਨਾਂ ਦਾ ਕਰਜ਼ਾ ਮਾਫ਼ ਹੋਣਾ ਚਾਹੀਦਾ ਸਭ ਦਾ ਹੀ